ਹੈਲੋ ਜੀ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਮੈਂ ਬਣਾਉਣ ਜਾ ਰਹੀ ਹਾਂ ਕੱਚੇ ਕੇਲੇ ਦੀ ਸਬਜ਼ੀ, ਭਰਵਾ ਕੱਚੇ ਕੇਲੇ ਦੀ ਸਬਜ਼ੀ ਅਤੇ ਆਪ ਤੁਹਾਨੂੰ ਵਿਖਾਉਂਦੇ ਹਾਂ। ਪਹਿਲਾਂ ਆਪਾਂ ਲਏ ਆ 4 ਕੱਚੇ ਕੇਲੇ, 2 ਸਲਾਈਸ ਕੱਟੀਆਂ ਹੋਈਆਂ ਹਰੀਆਂ ਮਿਰਚਾਂ, ਕੱਟੇ ਹੋਏ ਟਮਾਟਰ, ਗ੍ਰੈਂਡ ਕੀਤਾ ਹੋਇਆ ਅਦਰਕ ਲਸਣ, ਗ੍ਰੈਂਡ ਕੀਤੇ ਹੋਏ 2 ਪਿਆਜ਼ ਮੀਡੀਅਮ ਸਾਈਜ਼, ਇਹ ਹੈਗੀ ਕੁੱਟੀ ਹੋਈ ਕਾਲੀ ਮਿਰਚ, ਚਾਟ ਮਸਾਲਾ, ਲਾਲ ਮਿਰਚ, ਹਲਦੀ, ਨਮਕ। ਪਹਿਲਾਂ ਹੁਣ ਆਪਾਂ ਚਲਾਵਾਂਗੇ ਗੈਸ, ਪਤੀਲੇ ਵਿੱਚ ਆਪਾਂ ਪਾਣੀ ਪਾ ਕੇ ਰੱਖ ਦਿੱਤਾ, ਪਾਣੀ ਨੂੰ ਹੁਣ ਦੇਵਾਂਗੇ ਗਰਮ, ਫਿਰ ਆਪਾਂ ਪਾਵਾਂਗੇ ਵਿੱਚ ਕੇਲੇ। ਪਾਣੀ ਗਰਮ ਹੋ ਗਿਆ, ਹੁਣ ਆਪਾਂ ਪਾ ਦੇਵਾਂਗੇ ਵਿੱਚ ਕੇਲੇ। ਕੇਲਿਆਂ ਨੂੰ ਹੁਣ ਆਪਾਂ 5 ਮਿੰਟ ਵਾਸਤੇ ਉਬਾਲਾਂਗੇ, ਫਿਰ ਕੱਢ ਲਵਾਂਗੇ। ਜਿੰਨੀ ਦੇਰ ਤੱਕ ਆਪਣੇ ਕੇਲੇ ਉਬਲਦੇ ਆ, ਉੱਨੀ ਦੇਰ ਤੱਕ ਆਪਾਂ ਮਸਾਲਾ ਤਿਆਰ ਕਰਾਂਗੇ ਕੇਲਿਆਂ ਦਾ। ਅੱਧਾ ਚਮਚ ਆਪਾਂ ਲਵਾਂਗੇ ਹਲਦੀ, ਅੱਧੇ ਤੋਂ ਥੋੜ੍ਹਾ ਚਮਚ ਜਿਹੜਾ ਆਪਾਂ ਲਵਾਂਗੇ ਲਾਲ ਮਿਰਚ, ਥੋੜ੍ਹਾ ਜਿਹਾ ਲੈ ਲਵਾਂਗੇ ਆਪਾਂ ਨਮਕ, ਅੱਧਾ ਚਮਚ ਆਪਾਂ ਪਾ ਦੇਵਾਂਗੇ ਚਾਟ ਮਸਾਲਾ, ਥੋੜ੍ਹੀ ਜਿਹੀ ਆਪਾਂ ਪਾ ਦੇਵਾਂਗੇ ਕਾਲੀ ਮਿਰਚ ਕੁੱਟੀ ਹੋਈ, 1 ਚਮਚ ਪਾਵਾਂਗੇ ਆਪਾਂ ਤੇਲ। ਮਸਾਲੇ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇਲ ਦੇ ਵਿੱਚ। ਕੇਲਿਆਂ ਨੂੰ ਆਪਾਂ 5 ਮਿੰਟ ਉਬਾਲ ਲਿਆ, ਹੁਣ ਆਪਾਂ ਕੇਲਿਆਂ ਨੂੰ ਕੱਢ ਲਵਾਂਗੇ। ਕੇਲਿਆਂ ਨੂੰ ਆਪਾਂ ਕੱਢ ਲਿਆ, ਕੇਲਿਆਂ ਨੂੰ ਹੁਣ ਆਪਾਂ ਠੰਡੇ ਹੋਣ ਦੇਵਾਂਗੇ। ਕੇਲੇ ਥੋੜ੍ਹੇ ਜਿਹਾ ਠੰਡੇ ਹੋ ਗਏ ਆ, ਹੁਣ ਆਪਾਂ ਇਹਨਾਂ ਦੇ ਛਿਲਕੇ ਉਤਾਰਾਂਗੇ। ਕੇਲਿਆਂ ਦੇ ਛਿਲਕੇ ਆਪਾਂ ਉਤਾਰ ਲਏ ਆ, ਹੁਣ ਇਸ ਤਰ੍ਹਾਂ ਆਪਾਂ ਕੇਲਿਆਂ ਨੂੰ ਲਗਾਵਾਂਗੇ ਕੱਟ। ਕੇਲਿਆਂ ਨੂੰ ਕੱਟ ਆਪਾਂ ਲਗਾ ਲਿਆ, ਹੁਣ ਆਪਾਂ ਲਗਾਵਾਂਗੇ ਕੇਲਿਆਂ ਦੇ ਵਿੱਚ ਭਰਾਂਗੇ ਮਸਾਲਾ ਜਿਹੜਾ ਆਪਾਂ ਤਿਆਰ ਕੀਤਾ ਸੀ। ਸਾਰੇ ਕੇਲਿਆਂ ਦੇ ਵਿੱਚ ਮਸਾਲਾ ਆਪਾਂ ਭਰ ਲਿਆ, ਹੁਣ ਆਪਾਂ ਚਲਾਵਾਂਗੇ ਗੈਸ। ਕੜਾਹੀ ਹੋ ਗਈ ਗਰਮ, ਹੁਣ ਆਪਾਂ ਪਾ ਦੇਵਾਂਗੇ ਵਿੱਚ ਤੇਲ। 1 ਕੜਛੀ ਆਪਾਂ ਤੇਲ ਦੀ ਪਾ ਦਿੱਤੀ ਕੜਾਹੀ ਦੇ ਵਿੱਚ, ਤੇਲ ਹੋ ਗਿਆ ਗਰਮ, ਹੁਣ ਆਪਾਂ ਕੇਲਿਆਂ ਨੂੰ ਕਰਾਂਗੇ ਫਰਾਈ। ਕੇਲੇ ਹੋ ਗਏ ਫਰਾਈ, ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਬਾਹਰ ਕੜਾਹੀ 'ਚ। ਹੁਣ ਆਪਾਂ ਤੇਲ ਦੇ ਵਿੱਚ ਪਾਵਾਂਗੇ ਜੀਰਾ 1/2 ਚਮਚ, ਹੁਣ ਪਾ ਦੇਵਾਂਗੇ ਆਪਾਂ ਗ੍ਰੈਂਡ ਕੀਤਾ ਹੋਇਆ ਪਿਆਜ਼, ਹੁਣ ਆਪਾਂ ਪਾਵਾਂਗੇ 2 ਸਲਾਈਸ ਕੀਤੀਆਂ ਹੋਈਆਂ ਹਰੀਆਂ ਮਿਰਚਾਂ, ਹੁਣ ਆਪਾਂ ਪਾ ਦੇਵਾਂਗੇ ਗ੍ਰੈਂਡ ਕੀਤਾ ਹੋਇਆ ਅਦਰਕ ਅਤੇ ਲਸਣ, ਅਦਰਕ ਲਸਣ ਭੁੱਜ ਗਿਆ, ਹੁਣ ਆਪਾਂ ਪਾ ਦੇਵਾਂਗੇ ਟਮਾਟਰ ਕੱਟਿਆ ਹੋਇਆ, 1 ਟਮਾਟਰ ਪਾ ਦਿੱਤਾ ਆਪਾਂ, ਥੋੜ੍ਹਾ ਜਿਹਾ ਨਮਕ ਪਾਵਾਂਗੇ ਹੁਣ ਆਪਾਂ ਕਿਉਂਕਿ ਆਪਾਂ ਕੇਲਿਆਂ ਦੇ ਵਿੱਚ ਵੀ ਖਾਇਆ ਸੀ ਨਮਕ। ਹੁਣ ਆਪਾਂ ਪਾਵਾਂਗੇ ਲਾਲ ਮਿਰਚ, ਉਹ ਵੀ ਆਪਾਂ ਆਪਣੇ ਹਿਸਾਬ ਦੇ ਨਾਲ ਪਾ ਸਕਦੇ ਹਾਂ ਟੇਸਟ ਅਨੁਸਾਰ। ਥੋੜ੍ਹੀ ਜਿਹੀ ਪਾ ਦੇਵਾਂਗੇ ਹਲਦੀ, ਤੜਕਾ ਆਪਣਾ ਭੁੱਜ ਗਿਆ, ਹੁਣ ਆਪਾਂ ਪਾ ਦੇਵਾਂਗੇ ਵਿੱਚ ਪਾਣੀ ਅੱਧੀ ਗੱਲੀ, ਪਾਣੀ ਪਾ ਕੇ ਤੜਕੇ ਨੂੰ ਆਪਾਂ ਥੋੜ੍ਹਾ ਜਿਹਾ ਭੁੰਨ ਲਿਆ, ਅਤੇ ਹੁਣ ਆਪਾਂ ਪਾ ਦੇਵਾਂਗੇ ਵਿੱਚ ਕੇਲੇ।
ਕੇਲੇ ਹੁਣ ਆਪਾਂ 2 ਮਿੰਟ ਵਾਸਤੇ ਢੱਕ ਕੇ ਪਕਾਵਾਂਗੇ। ਕੇਲਿਆਂ ਦੀ ਸਬਜ਼ੀ ਬਣ ਕੇ ਹੋ ਗਈ ਤਿਆਰ। ਹੁਣ ਆਪਾਂ ਪਾਵਾਂਗੇ ਵਿੱਚ ਕੱਟਿਆ ਹੋਇਆ ਧਨੀਆ। ਗੈਸ ਕਰ ਦੇਵਾਂਗੇ ਆਪਾਂ ਬੰਦ ਅਤੇ ਹੁਣ ਆਪਾਂ ਧੁੰਦ ਧੋਨੇ ਹਾਂ ਛੁੜਨ ਕਰਕੇ। ਦੇਖੋ ਜੀ ਸਾਡੀ ਕੇਲਿਆਂ ਦੀ ਸਬਜ਼ੀ ਬਣ ਕੇ ਹੋ ਗਈ ਆ ਤਿਆਰ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਅਤੇ ਬੈਲ ਆਈਕਨ ਜ਼ਰੂਰ ਦਬਾਇਓ ਜੀ। ਪਲੀਜ਼ ਸਪੋਰਟ ਮਾਈ ਵੀਡੀਓ। ਮਿਲਾਂਗੇ ਤੁਹਾਨੂੰ ਕੱਲ੍ਹ ਇੱਕ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।